ਜਿਨ੍ਹਾਂ ਤੇ ਲਫ਼ ਗਿਆ ਹੁਣ ਕਿਤੇ ਹੋ ਵੀ ਸਕਦਾ ਰੱਤਾਂ ਨੂੰ ਮੈਂ ਸੋ ਵੀ ਸਕਦਾ ਕਿ ਦੱਸਾਂ ਹੁਣ ਰੋ ਵੀ ਸਕਦਾ ਯਾਰਾ ਤੇਰੇ ਵਿੱਚ ਮੇਰੇ ਕਲ ਸ਼ਰਮਾਉਣ ਵਾਲੀ ਗੱਲਾਂ ਚਿੱਤੇ ਆਉਂਦੀਆਂ ਨਹੀਂ ਜਿਹਨੇ ਮਰਜ਼ੀ ਪੁੱਲ ਮਿਲ ਜਾ ਮੁਰ ਮੁਰ ਤੋੜਿਆ ਨਹੀਂ ਮੈਨੂੰ ਚਾਹੀਦੀ ਤੂੰ ਮੈਨੂੰ ਚਾਹੀਦੀ ਤੂੰ ਮੈਨੂੰ ਦੱਸ ਦੇ ਕਿ ਵਾਚ ਡੂ ਮੈਂ ਜਿਹਨੇ ਮੈਨੂੰ ਚਾਹੀਦੀ ਰੂਹ ਹੈ ਤੂੰ ਪੁੱਲ ਦੇ ਕਿਉਂ ਕਿ ਆ ਵੀ ਨੋ ਨੋ ਜਸ ਕਿਉਂ ਜਸ ਮੀ ਯਾਰ ਯੂ ਫਿਰ ਕਿਉਂ ਕਰਦੀ ਆ ਇਹ ਗੱਲ ਆਪਾਂ ਹੋ ਗਏ ਨੇ ਬਕਚਲ ਕੋਈ ਬੱਚਿਆਂ ਦਾ ਡਾਂਸ ਕੰਪੀਟੀਸ਼ਨ ਔਰ ਸਿੰਗਿੰਗ ਕੰਪੀਟੀਸ਼ਨ ਹੈ ਰਾਜ ਸਾਖੀ ਜੀ ਸਾਡੇ ਅਭਿਸ਼ੇਕ ਜੀ ਬੜੀ ਮਿਹਨਤ ਨਾਲ ਹੈ ਪ੍ਰੋਗਰਾਮ ਦੇਖ ਕੇ ਹਰ ਵਾਰ ਹਰ ਮੰਥ ਨਵੇਂ ਤੋਂ ਨਵੇਂ ਬੱਚਿਆਂ ਨੂੰ ਨਵਾਂ ਪਲੇਟਫਾਰਮ ਮਿਲਦਾ ਔਰ ਨਵੇਂ ਬੱਚਿਆਂ ਨੂੰ ਅੱਗੇ ਜਾਣ ਦਾ ਮੌਕਾ ਮਿਲਦਾ ਬਹੁਤ ਵਧੀਆ ਇਹਨਾਂ ਦੀ ਸੋਚ ਹੈ ਔਰ ਅਸੀਂ ਇਹਨਾਂ ਦੀ ਸੋਚ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਜਿਹੜਾ ਅੱਜ ਕੱਲ੍ਹ ਪੰਜਾਬ ਦੇ ਵਿੱਚ ਨੌਜਵਾਨ ਪੀੜ੍ਹੀ ਨਸ਼ਿਆਂ ਨੂੰ ਭੱਜੀ ਜਾ ਰਹੀ ਹੈ ਔਰ ਜਦੋਂ ਕੋਈ ਬੱਚਿਆਂ ਨੂੰ ਖਿੱਚ ਹੋਏਗੀ ਕਿ ਯਾਰ ਬੱਚੇ ਅਸੀਂ ਨਵਾਂ ਆਰਟ ਸਿੱਖੇ ਕੋਈ ਡਾਂਸ ਕੰਪੀਟੀਸ਼ਨ ਕੋਈ ਸਿੰਗਿੰਗ ਸਿੱਖੇ ਅੱਗੇ ਵਧਣ ਦਾ ਮੌਕਾ ਮਿਲੇਗਾ ਰਾਜ ਜੀ ਨੇ ਬਹੁਤ ਮਾਣ ਸਤਿਕਾਰ ਦਿੱਤਾ ਹਾਂਜੀ ਅਮਰ ਲੱਗਾ ਮੈਂ ਮਨਜੀਤ ਕੌਰ ਕਾਫੀ ਮੂਵੀਜ਼ ਕਰ ਰਹੀ ਕਿਹੜੀ ਜਗ੍ਹਾ ਤੁਸੀਂ ਆਇਓ ਮੈਂ ਨਵਾਂ ਸ਼ਹਿਰ ਤੋਂ ਆਇਆ ਜੀ ਸ਼ੀਰ ਭਗਤ ਸਿੰਘ ਵਾਹ ਕਿਆ ਬਾਤ ਹੈ ਸ਼ੀਰ ਭਗਤ ਸਿੰਘ ਸਾਡੇ ਜਲੰਧਰ ਵਿੱਚ ਆ ਕੇ ਤੁਸੀਂ ਚਾਰੋ ਚੰਨ ਲਗਾ ਦੱਸਾਂ ਤੁਸੀਂ ਕੀ ਕਹਿਣਾ ਚਾਹੁੰਦੇ ਪ੍ਰੋਗਰਾਮ ਬਾਰੇ ਐਕਚੁਲੀ ਪ੍ਰੋਗਰਾਮ ਦਾ ਰੀਜ਼ਨ ਇਹੀ ਆ ਵੀ ਆਪਾਂ ਨਵੇਂ ਬੱਚਿਆਂ ਨੂੰ ਜਿਹੜੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਨਹੀਂ ਜਾ ਸਕਦੇ ਜਾਂ ਉੱਥੇ ਫੀਸ ਫੀਸ ਨਹੀਂ ਪੇ ਕਰ ਸਕਦੇ ਨਾ ਆਪਾਂ ਉਹਨਾਂ ਵਾਸਤੇ ਉਪਰਾਲਾ ਕੀਤਾ ਸੋ ਸਿੰਗਿੰਗ ਵਾਲੇ ਮਾਡਲਿੰਗ ਵਾਲੇ ਐਕਟਿੰਗ ਵਾਲੇ ਸਿੰਗਿੰਗ ਵਾਲੇ ਜਿਹੜੇ ਵੀ ਇੰਟਰਸਟਿਡ ਆਪਾਂ ਦੇ ਸਕਦੇ ਹਾਂ ਔਰ ਉਹਨਾਂ ਦਾ ਇਹ ਕੰਪਨੀ ਜਿਹੜਾ ਵੀ ਵਿਨਰ ਹੁੰਦਾ ਠੀਕ ਹੈ ਉਹਦਾ ਇੱਕ ਪ੍ਰੋਜੈਕਟ ਕਰੇਗੀ ਬਿਲਕੁਲ ਅਤੇ ਉਹਨੂੰ ਅੱਗੇ ਵਧਣ ਦਾ ਮੌਕਾ ਦੇਗੀ ਪ੍ਰਮੋਸ਼ਨ ਹੋਏਗੀ ਤਾਂ ਲੋਕ ਉਹਨੂੰ ਜਾਣਨਗੇ ਸੋ ਉਹਦੇ ਨਾਲ ਹੋਰ ਵੀ ਕਾਫੀ ਬੰਦੇ ਫੇਮਸ ਹੋਣਗੇ ਬਾਕੀ ਸਾਰੀ ਟੀਮ ਆ ਸਾਰੇ ਜੁੜ ਕੇ ਕੰਮ ਕਰੇਗੀ ਤਾਂ ਕਾਮਯਾਬੀ ਤੁਸੀਂ ਟੀਮ ਬਾਰੇ ਕੀ ਕਹਿਣਾ ਚਾਹੁੰਦੇ ਜਿਹੜੇ ਫੰਕਸ਼ਨ ਕਰਾ ਰਹੇ ਬੱਚੇ ਮੁੱਖੀ ਦੀ ਰਾਤ ਸਾਥੀ ਸੀ ਤੁਸੀਂ ਇਹਨਾਂ ਦਾ ਕੀ ਕਹਿਣਾ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਇਹਨਾਂ ਬਾਰੇ ਤਾਂ ਜਿੰਨਾ ਕੁ ਵਧੀਆ ਸਾਡੇ ਲਈ ਉਹਨਾਂ ਘੱਟ ਵੀ ਅਸੀਂ ਭਰਾਵਾਂ ਨੂੰ ਕੰਮ ਕਰਦੇ ਹਾਂ ਐਕਚੁਅਲੀ ਮੈਂ ਵੀ ਪਾਰਟਨਰ ਰਹਾ ਜੀ ਇਸ ਟੀਮ ਦਾ ਸੋ ਮੇਰਾ ਮੇਨ ਮਕਸਦ ਇਹੀ ਹੈ ਜਾਣ ਦਾ ਸੋ ਹਾਈ ਵਿੰਗਸ ਕੰਪਨੀ ਲਾਂਚ ਕੀਤੀ ਸੀ ਰਾਜ ਸਾਖੀ ਭਾਜੀ ਆਪਣੇ ਅਭੀ ਭਾਜੀ ਅਤੇ ਮੇਰਾ ਨਾਮ ਜਾਸ ਹੈ ਕਿ ਪੇਸ਼ੇਵਰ ਕੀ ਆਪਣਾ ਕੀ ਵਰਕਿੰਗ ਕੀ ਕਰ ਰਹੇ ਤੁਸੀਂ ਮੈਂ ਸਿੰਗਿੰਗ ਕਰ ਰਿਹਾ ਜੀ 3 ਸਾਲ ਤੋਂ ਸੋ ਮੈਂ ਇਸ ਲਾਈਨ ਦੇ ਵਿੱਚ ਸੋ ਮੇਰਾ ਜੁਲਾਈ ਦੇ ਵਿੱਚ ਇੱਕ ਟਰੈਕ ਵੀ ਆਇਆ ਸੀ ਬੈਗ ਲਾ ਕੇ ਠੀਕ ਹੈ ਅਸੀਂ ਹੁਣ ਬੈਗ ਤੇ ਨਹੀਂ ਲਾ ਸਕਦੇ ਮੈਂ ਸਮਝਿਆ ਆਨੰਦ ਲੈ ਸਕਦੇ ਅਸੀਂ ਹੁਣ ਹਾਂਜੀ ਹਾਂਜੀ ਸਾਰੇ ਦੋਸਤਾਂ ਨੂੰ ਆਨੰਦ ਦੇ ਦਿਓ ਬੈਗ ਤੱਕ ਛੋਟਾ ਹੀ ਹੈ ਓਕੇ ਵੈਸੇ ਸਟੋਰੀ ਸੀ ਮੇਰੀ ਲਾਈਫ ਦੇ ਵਿੱਚ ਮੈਂ ਸੈਡ ਲਿਖਿਆ ਹੋਇਆ ਸੀ ਗਾਣਾ ਮੈਂ ਖੁਦ ਹੀ ਲਿਖਿਆ ਸੀ ਬਟ ਮੈਂ ਉਹਨੂੰ ਫਿਰ ਚੱਕਮਾ ਜਿਹਾ ਲਿਖਤਾ ਹੈ ਨਾ ਬਣਾਤਾ ਭੰਗੜਾ ਪਾਇਆ ਕਦੇ ਸੈਡ ਚੌਂਕ 'ਚ ਭੰਗੜੇ ਵਾਲਾ ਹੀ ਆ ਜੀ ਸੋ ਇੱਦਾਂ ਦਰਸ਼ਕਾਂ ਦੇ ਸਾਹਮਣੇ ਦੇਖ ਰਹੇ ਸਾਡੀ ਪੂਰੀ ਟੀਮ ਨੂੰ ਦੋ ਚੱਪਣਾ ਸੋ ਮੈਂ ਇੱਕ ਸਥਾਈ ਕੰਤਰਾ ਸੁਣਾਉਂਗਾ ਬਿਲਕੁਲ ਜੀ ਬਿਲਕੁਲ ਹੁਕਾਰੇ ਮਿੱਠੀਆਂ ਤੁਗਲ ਨਾਰੇ ਹੀ ਜਸ ਨੂੰ ਸੀ ਚਾਰੇ ਰੱਖਦੀ ਸੀ ਅੱਖ ਦੀ ਤੇ ਥੱਲੇ ਮਹਿੰਗੀ ਕਾਰ ਹੁਕਾਰੇ ਮਿੱਠੀਆਂ ਤੁਗਲ ਨਾਰੇ ਹੀ ਜਸ ਨੂੰ ਸੀ ਚਾਰੇ ਰੱਖਦੀ ਸੀ ਅੱਖ ਦੀ ਤੇ ਥੱਲੇ ਮਹਿੰਗੀ ਕਾਰ ਉਹ ਨਾਲੇ ਆਖਦੀ ਸੀ ਜਾਨੂੰ ਤੁਹਾਡੇ ਵਾਂਗੂ ਨਹੀਂ ਉਹ ਕੋਈ ਮੈਨੂੰ ਰੱਖ ਸਕਦਾ ਉਹ ਤੇਰੀ ਯਾਦ ਜੇ ਸਤਾਵੇ ਪੋਰਾ ਨੱਡੀਏ ਵੀ ਜੱਟ ਪੈਗ ਲਾ ਕੇ ਨੱਚਦਾ ਤੇਰੀ ਯਾਦ ਜੇ ਸਤਾਵੇ ਪੋਰਾ ਨੱਡੀਏ ਵੀ ਜੱਟ ਪੈਗ ਲਾ ਕੇ ਨੱਚਦਾ ਵੈਸੇ ਕੀ ਕਰਦੇ ਹੋ ਸਿੰਗਿੰਗ ਕਰਦੇ ਹੋ ਕਿਆ ਬਾਤ ਹੈ ਸਿੰਗਿੰਗ ਦਾ ਮੇਲਾ ਲੱਗਾ ਹੋਇਆ ਔਰ ਆਮਣੇ ਸਾਹਮਣੇ ਟੀਮ ਨੂੰ ਵੀ ਬੜਾ ਮੌਕਾ ਮਿਲ ਗਿਆ ਐਸੇ ਸਿੰਗਰਾਂ ਦੇ ਵਿੱਚ ਆ ਕੇ ਰੂਬਰੂ ਹੋਣ ਦਾ ਅਤੇ ਸਿੰਗਿੰਗ ਮੈਡਮ ਆਪਣਾ ਕੋਈ ਸੌਂਗ ਟਰੈਕ 'ਤੇ ਆਏ ਹੋਏ ਜਾਂ ਕਿਹੜਾ ਆਇਆ ਫੁੱਲਾਂ ਵਾਲੀ ਕਾਰ ਦੇ ਮੈਂ ਦੋ ਫੋਲ ਹੋ ਜਾਂਦੇ ਚਲੋ ਥਾਰ ਹੋ ਜਾਏ ਫੁੱਲਾਂ ਵਾਲੀ ਜੈਕਣਾ ਦੇ ਵਾਂਗ ਨਹੀਂ ਉਹ ਟਾਈਮ ਪਾਸ ਕਰਦੀ ਲਾਈਆਂ ਤੇਰੇ ਨਾਲ ਨੋ ਬਣੂ ਤੇਰੇ ਕਰਦੀ ਜੈਕਣਾ ਦੇ ਵਾਂਗ ਨਹੀਂ ਉਹ ਟਾਈਮ ਪਾਸ ਕਰਦੀ ਲਾਈਆਂ ਤੇਰੇ ਨਾਲ ਨੋ ਬਣੂ ਤੇਰੇ ਕਰਦੀ ਮੈਂ ਲੈਣਾ ਮੰਮੀ ਲੈਣੀ ਜੀ ਨੂੰ ਮੈਂ ਮਨਾ ਹਾਣੀਆਂ
मम्मी डैडी जी नू मैं मना हानिया लोहड़ी कठिया मनोनी आपा इस बार वे लेके चार लमा जाना पूरे नाल चामा हाथ फड़ के बठानी चन्ना बिच थार दे लेके चार लमा जाना पूरे नाल चामा बिच फड़ के बठानी फुल्ला वाली थार दे। वाह क्या बात है मैडम जी, प्रोग्राम दे बिच ते चारों चांद लागे सिंगिंग दे नाल सानू अज रूबरू होने का बहुत ज्यादा मौका मिला। थैंक यू सो मच मैडम, तुहाडा बहुत ज्यादा धन्यवाद शो दे विच आन दा। दिव्य जी आप बताइए शो में आने का, शो में आपको आखिर कैसा लगा, क्या लगा? बहुत ही अच्छा लगा, इट हैज बीन ऑफ द फर्स्ट टाइम आई हूँ यहाँ पे अपने मम्मा के साथ, ठीक है, और मेरे लिए फर्स्ट टाइम एक्सपीरियंस है, बहुत ही अच्छा था, रियली लाइक इट एंड एवरीथिंग बिकॉज़ आई हैव सीन एवरीथिंग ऑफ दिस इन द टीवी एंड फर्स्ट टाइम मैंने लाइव देखा है। अते मनोरंजन नाल सज्जा इस चैनल जिथे तुहानू दिखाई जाएंगियां देश विदेश दियां कुछ खास खबरां अते तुहाडे मनोरंजन लिए दिखाया जाएगा कुछ हिंदी अते कुछ पंजाबी गाने, नाल ही सवेर वेले दिखाई जाएगी कीर्तन दरबार अते साईं भजन। रे घर के आगे साईं ना तेरा मंदिर बन जाए, मेरे घर के आगे साईं ना तेरा मंदिर बन जाए। अते हर ऐतवार देखना ना भुलो पंजाबी कल्चर नाल जुड़िया प्रोग्राम महफिल वेला। लियोन सबसे फास्ट आमने सामने थे।